मुसलमान मदीना से 4 किलोमीटर दूर एक बॉर्डर के बाहर खड़े हैं और मदीना जा नहीं सकते, और उनको अगर मदीना जाने का मौका मिल जाए तो वो जो उनको खुशी मिलेगी वो आज मैं आपकी शक्लों पे खुशी देख रहा हूँ। ਰੰਗ ਵਸਦਾ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ ਲੋਟ ਆਫ ਪੀਪਲ ਹੂ ਵਾਂਟ ਟੂ ਕਮ ਹੇਅਰ ਐਂਡ ਐਟ ਲੀਸਟ ਦੈਟ ਵੇ ਦੇਰ ਇਜ਼ ਅ ਲੋਟ ਆਫ ਲਵ ਵਿਚ ਵਿਲ ਬੀ ਐਕਸਚੇਂਜਡ ਸੋ ਥੈਂਕ ਯੂ ਫੋਰ ਟੇਕਿੰਗ ਦੈਟ ਡਿਸੀਜਨ ਪਲੀਜ਼ ਕੰਟੀਨਿਊ ਵਿਦ ਇਟ ਹਮੇ ਯਹਾਂ ਆਕਰ ਬਹੁਤ ਬਹੁਤ ਅੱਛਾ ਲਗਾ ਔਰ ਯਹਾਂ ਕੀ ਜੋ ਇੰਤਜ਼ਾਮਾਤ ਹੈ ਬਹੁਤ ਬਹੁਤ ਅੱਛੇ ਹੈ ਕਿਸੇ ਚੀਜ਼ ਕੀ ਕੋਈ ਹਮੇ ਦਿੱਕਤ ਨਹੀਂ ਆਈ ਬੜੀ ਚੜ੍ਹਦੀ ਕਲਾ ਥੇ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਚੜ੍ਹਦੀ ਕਲਾ ਵਾ ਜਿਸ ਧਰਤੀ ਵਿੱਚ ਚਿਸ਼ਤੀ ਨੇ ਫੈਲਾਇਆ ਹੱਕ ਦਾ ਕਲਾਮ ਨਾਨਕ ਸੇ ਨਗਰੀ ਨੂੰ ਦਿੱਤਾ ਵਹਿਦਤ ਦਾ ਪੈਗਾਮ Guru Nanak ji always was a humanitarian, spoke about humanity, was thinking of well-being of each and every person he came across. The welcome of the Pakistani community is so warming. I feel like coming back to Pakistan again as soon as possible. Dur khalo ke darshan karne de vele muk gaye Guru ne rakhul va ke apne kol bulaya ve Guru de se muk aunde jande mohabbat di khushbu phailande duriyan mukiyan hun chaahat di reet chali pavitr nagri nanak di ਸੋਹਣੀ ਮਾਂ ਵਰਗੀ ਪਵਿੱਤਰ ਨਗਰੀ ਨਾਨਕ ਦੀ ਧਰਤੀ ਸੋਹਣੀ ਮਾਂ ਵਰਗੀ ਬਹੁਤ ਪਿਆਰ ਮਿਲਾ ਹੈ ਔਰ ਬਹੁਤ ਖੁਸ਼ ਹੋਏ ਹੈ ਹਮ ਔਰ ਬਹੁਤ ਇੱਜ਼ਤ ਹੋਈ ਹੈ ਹਮਾਰੀ ਬਸ ਇਤਨਾ ਬੋਲ ਪਾਏਂਗੇ ਕਿ ਹਮ ਸਭ ਹੈ ਭਾਈ ਭਾਈ ਪਿਆਰ ਆਵਾਮ ਸ਼ਾਂਤੀ ਚੈਨ ਪੀਸ ਹਿਊਮੈਨਿਟੀ ਇਨ ਸਭ ਕੇ ਬਾਰੇ ਮੈਂ ਸੋਚੇ ਫਿਊਚਰ ਕੇ ਬਾਰੇ ਮੈਂ ਸੋਚੇ ਗਰੋਥ ਕੇ ਬਾਰੇ ਮੈਂ ਸੋਚੇ ਰੱਬ ਸਾਰੀ ਮਖਲੂਕ ਦਾ ਰੱਖਦਾ ਇੱਕੋ ਜਿਹਾ ਖਿਆਲ ਕਹਿੰਦੇ ਸਸਰੀ ਅਕਾਲ ਜਾਂ ਪੜ੍ਹਦੇ ਕਲਮਾ ਸਾਰੇ ਨਿਹਾਲ ਪਵਿੱਤਰ ਨਗਰੀ ਨਾਨਕ ਦੀ ਧਰਤੀ ਸੋਹਣੀ ਮਾਂ ਵਰਗੀ ਪਵਿੱਤਰ